ਫੁਰ ਸਾਹਿਬ ਵਿਖੇ ਸਾਡੇ ਵੱਲੋਂ ਕੀਤੀ ਗਈ ਹੈ ਤੇ ਇਸ ਰਿਹਰਸਲ ਦੇ ਵਿੱਚ ਸਮੂਹ ਪੋਲਿੰਗ ਪਾਰਟੀਆਂ ਨੂੰ ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਤੇ ਇਸ ਤੋਂ ਇਲਾਵਾ ਈਵੀਐਮ ਵੀਵੀਪੈਟ ਸੰਬੰਧੀ ਅਵੇਅਰਨੈਸ ਤੇ ਹੋਰ ਜੋ ਗੱਲਾਂ ਦਾ ਉਹਨਾਂ ਨੇ ਬੂਥਾਂ ਦੇ ਉੱਪਰ ਜਾ ਕੇ ਧਿਆਨ ਰੱਖਣਾ ਹੈ ਹਰ ਇੱਕ ਛੋਟੀ ਛੋਟੀ ਗੱਲ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਕੋਈ ਵੀ ਜਿਹੜੀ ਤਾਰ ਹੈ ਉਹ ਫ੍ਰੀ ਨਹੀਂ ਹੈ ਤਾਂ ਇਹ ਵਾਇਰ ਇਹਦੇ ਨਾਲ ਅਟੈਚ ਹੈ ਠੀਕ ਹੈ ਜੀ ਇਹ ਬੈਲਟਿੰਗ ਯੂਨਿਟ ਹੈ ਇਹਦੀ ਜਿਹੜੀ ਵਾਇਰ ਹੈ ਇਹ ਵੀ ਇਹਦੇ ਨਾਲ ਅਟੈਚ ਸਿੱਧੀ ਪਹਿਲਾਂ ਤੋਂ ਠੀਕ ਹੈ ਜੀ ਤੇ ਬੈਲਟਿੰਗ ਯੂਨਿਟ ਜਿਹੜੀ ਵਾਇਰ ਹੈ ਵਾਇਰ ਇਹਦੇ ਨਾਲ ਅਟੈਚ ਹੈ ਸਿੱਧੀ ਕੰਪਾਰਟਮੈਂਟ ਵਿੱਚ ਕਿਸ ਤਰ੍ਹਾਂ ਕਰਨੀ ਹੈ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਲੈਫਟ ਸਾਈਡ ਤੇ ਵੀਵੀ ਪੈਡ ਹੋਏਗਾ ਲੈਫਟ ਸਾਈਡ ਤੇ ਆਈਡੀਅਲ ਸੈਟਿੰਗ ਹੈ ਕਿਉਂਕਿ ਅੱਗੇ ਪਿੱਛੇ ਰੱਖ ਦਿੰਦੇ ਹੋ ਪ੍ਰੋਸੈਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਕੋਈ ਅਧਿਕਾਰੀ ਕੋਈ ਵੀ ਇਲੈਕਸ਼ਨ ਕਮਿਸ਼ਨ ਤੋਂ ਆਉਂਦਾ ਹੈ ਉਹ ਤੁਹਾਨੂੰ ਇਸ ਗੱਲ ਨੂੰ ਓਬਜੈਕਟ ਕਰੇਗਾ ਕਿ ਇਹ ਤੁਸੀਂ ਪ੍ਰੋਪਰ ਨਹੀਂ ਰੱਖਿਆ ਹੋਇਆ ਲੈਫਟ ਸਾਈਡ ਤੇ ਵੀਵੀ ਪੈਡ ਆਏਗਾ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬੈਲਟਿੰਗ ਯੂਨਿਟ ਕੰਟਰੋਲ ਯੂਨਿਟ ਜਿਹੜਾ ਹੈਗਾ ਇਹ ਬਾਹਰ ਰਹੇਗਾ ਇਹ ਤਾਂ ਸਾਡੇ ਕੋਲ ਜਿਹੜੇ ਸਾਡੇ 3 ਨੰਬਰ ਪੋਲਿੰਗ ਅਫਸਰ ਹੈ ਉਹਦੇ ਅਟੈਚ ਕਰਨ ਦਾ ਸਿੰਪਲ ਯਾਦ ਰੱਖਣਾ ਬੈਲਟਿੰਗ ਨੂੰ ਸਟਾਰਟ ਕਰਨਾ ਬੈਲਟਿੰਗ ਨੂੰ ਇੱਥੋਂ ਬੀ ਬੀ ਯਾਦ ਰੱਖਣਾ ਬੀ ਬੀ ਬੈਲਟਿੰਗ ਨੂੰ ਤੋਂ ਸਟਾਰਟ ਕਰਨਾ ਜਿਹੜੀ ਬੈਲਟਿੰਗ ਦੀ ਵਾਇਰ ਹੈ ਇਹ ਜਾਏਗੀ ਵੀ ਵੀ ਪੈਡ ਚ ਇਹਦੀ ਤਾਰ ਜਾਏਗੀ ਇਹਦੇ ਵਿੱਚ ਬੀ ਵੀ ਮਤਲਬ ਬੈਲਟਿੰਗ ਦੀ ਤਾਰ ਵੀ ਵੀ ਪੈਡ ਨਾਲ ਓਕੇ ਔਰ ਵੀ ਵੀ ਪੈਡ ਦੀ ਵਾਇਰ ਫਿਰ ਅੱਗੇ ਇਹ ਕੰਟਰੋਲ ਯੂਨਿਟ ਜਾਏਗੀ ਇਹ ਕੰਟਰੋਲ ਯੂਨਿਟ ਠੀਕ ਹੈ ਜੀ ਬੇਸਿਕ ਚੀਜ਼ ਹੈ ਕਿਉਂਕਿ ਉੱਥੇ ਪਤਾ ਨਹੀਂ ਲੱਗਦਾ ਫਿਰ ਕਿ ਇੱਧਰ ਤੋਂ ਤਾਰ ਲਾਈ ਜਾਂਦੀ ਮਸ਼ੀਨ ਨਹੀਂ ਚੱਲਦੀ ਵੀ ਵੀ ਔਰ ਇਹਦੀ ਵਾਇਰ ਠੀਕ ਹੈ ਜੀ ਕਨੈਕਸ਼ਨ ਕਿਸ ਤਰ੍ਹਾਂ ਕਰਨੇ ਹੈ ਪਿੱਛੇ ਇਹਦੇ ਵਿੱਚ ਬੈਕ ਸਾਈਡ ਤੇ ਅਗਰ ਅਸੀਂ ਦੇਖੀਏ ਤਿੰਨ ਕੰਪਾਰਟਮੈਂਟ ਹੈ ਟੋਟਲ ਤਿੰਨ ਚੀਜ਼ਾਂ ਵੀ ਸਭ ਤੋਂ ਨੀਚੇ ਹੈ ਮਾਣਯੋਗ ਜ਼ਿਲ੍ਹਾ ਚੋਣ ਅਫਸਰ ਰੂਪਨਗਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੋਲਿੰਗ ਸਟਾਫ ਦੀ ਪਹਿਲੀ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਨਾਨਕਪੁਰ ਸਾਹਿਬ ਵਿਖੇ ਸਾਡੇ ਵੱਲੋਂ ਕੀਤੀ ਗਈ ਹੈ ਅਤੇ ਇਸ ਰਿਹਰਸਲ ਦੇ ਵਿੱਚ ਸਮੂਹ ਪੋਲਿੰਗ ਪਾਰਟੀਆਂ ਨੂੰ ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਅਤੇ ਇਸ ਤੋਂ ਇਲਾਵਾ ਈਵੀਐਮ ਵੀਵੀਪੈਟ ਸੰਬੰਧੀ ਅਵੇਅਰਨੈਸ ਅਤੇ ਹੋਰ ਜੋ ਗੱਲਾਂ ਦਾ ਉਹਨਾਂ ਨੇ ਬੂਥਾਂ ਦੇ ਉੱਪਰ ਜਾ ਕੇ ਧਿਆਨ ਰੱਖਣਾ ਹੈ ਹਰ ਇੱਕ ਛੋਟੀ ਛੋਟੀ ਗੱਲ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਇਹਨਾਂ ਰਿਹਰਸਲਸ ਦੇ ਵਿੱਚ ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਹੀ ਪੋਲਿੰਗ ਸਟਾਫ ਦੀ ਸੈਂਪਲਿੰਗ ਉਹਨਾਂ ਨੂੰ ਬੂਸਟਰ ਡੋਜ਼ ਬਾਰੇ ਦੱਸਿਆ ਗਿਆ ਹੈ ਅਤੇ ਜੋ ਅਗਰ ਬੂਸਟਰ ਡੋਜ਼ ਅੱਜ ਲਗਵਾਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਦੀ ਐਲੀਜੀਬਿਲਟੀ ਹੋ ਗਈ ਅਤੇ ਹੋਰ ਕੋਵਿਡ ਗਾਈਡਲਾਈਨ ਉਹਨਾਂ ਦਾ ਵੀ ਖਾਸ ਤੌਰ 'ਤੇ ਧਿਆਨ ਰੱਖਿਆ ਗਿਆ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਮਾਸਟਰ ਟ੍ਰੇਨਰਸ ਨੇ ਅਤੇ ਈਵੀਐਮ ਵੀਵੀਪੈਟ ਦੀ ਅਵੇਅਰਨੈਸ ਸਕੀਮਸ ਨੇ ਪੋਲਿੰਗ ਪਾਰਟੀਆਂ ਨੂੰ ਹਰੇਕ ਜੋ ਗੱਲ ਹੈ ਉਸ ਤੋਂ ਜਾਣੂ ਕਰਵਾਇਆ ਅਤੇ ਬੜੇ ਹੁੰਮ ਹੁਮਾ ਕੇ ਸਾਰੇ ਦੇ ਸਾਰੇ ਜੋ ਪੋਲਿੰਗ ਸਟਾਫ ਹੈ ਉਹਨਾਂ ਨੇ ਪਾਰਟੀਸਪੇਟ ਵੀ ਕੀਤਾ ਅਤੇ ਜੋ ਟ੍ਰੇਨਿੰਗ ਹੈ ਉਹ ਹਾਸਲ ਕੀਤੀ ਥੈਂਕ ਯੂ